ਤੁਸੀਂ ਵੇਖ ਰਹੇ ਹੋ ਜੀਤ ਵੈਬ ਟੀਵੀ। ਮੈਂ ਨਵਾਂਸ਼ਹਿਰ ਤੋਂ ਜਸਵੀਰ ਸਿੰਘ ਨੂਰਪੁਰ। ਅੱਜ ਪਿੰਡ ਮਲਪੁਰ ਅੜਕਾਂ ਦੇ ਵਿੱਚ 3 ਮੌਤਾਂ ਭੇਦਭਰੀ ਹਾਲਤ ਦੇ ਵਿੱਚ ਹੋ ਗਈਆਂ ਨੇ। ਦੱਸਿਆ ਜਾ ਰਿਹਾ ਕਿ ਸੋਨੀਆ ਅਤੇ ਅਵਤਾਰ ਅਤੇ ਮਨਪ੍ਰੀਤ ਤਿੰਨਾਂ ਦੀਆਂ ਮੌਤਾਂ ਹੋਈਆਂ ਨੇ। ਉਹਨਾਂ ਦੇ ਪਤਾ ਲੱਗਾ ਕਿ ਜ਼ਹਿਰ ਖਾ ਲਈ ਹੈ ਅਤੇ ਉਸ ਸੰਬੰਧੀ ਪੁਲਿਸ ਵੱਲੋਂ ਪੜਤਾਲ ਵੀ ਕੀਤੀ ਜਾ ਰਹੀ ਹੈ ਅਤੇ ਪਿੰਡ ਦੇ ਵਿੱਚ ਬੜਾ ਗਮਹੀਣ ਮਾਹੌਲ ਬਣਿਆ ਹੋਇਆ ਅਤੇ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਥਾਣਾ ਮੁਖੀ ਰਾਜ ਪਰਵਿੰਦਰ ਕੌਰ ਦੇ ਨਾਲ ਅਤੇ ਉਹ ਕੀ ਕਹਿਣਾ ਚਾਹੁੰਦੇ ਨੇ। ਆਓ ਆਪਾਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ, ਇਸ ਤਾਜ਼ਾ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੈ। ਮੈਡਮ, ਜਿਹੜੀਆਂ ਮਲਪੁਰ ਅੜਕਾਂ ਦੇ ਵਿੱਚ 3 ਮੌਤਾਂ ਹੋਈਆਂ ਉਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿੱਦਾਂ ਹੋਈਆਂ ਅਤੇ ਕੀ ਕਾਰਨ? ਇਹ ਜਿਹੜੀਆਂ ਮਲਪੁਰ ਅੜਕਾਂ 'ਚ 3 ਮੌਤਾਂ ਹੋਈਆਂ, ਅਵਤਾਰ ਸਿੰਘ, ਸੋਨੀਆ ਰਾਣੀ ਅਤੇ ਮਨਪ੍ਰੀਤ ਕੌਰ, ਹਾਂਜੀ, ਇਹਨਾਂ ਦੀ ਮੌਤ ਹੋਈ ਹੈ। 3 ਜਣਿਆਂ ਦੀ ਮੌਤ ਹੋ ਗਈ ਪਰ ਇਹਨਾਂ ਦੇ ਅਜੇ ਕੋਈ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਤਫਤੀਸ਼ ਚੱਲ ਰਹੀ ਹੈ। ਇਹਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ? ਜਾਂਚ ਕੀਤੀ ਜਾ ਰਹੀ ਹੈ, ਤਫਤੀਸ਼ ਚੱਲ ਰਹੀ ਹੈ। ਜਿਹੜੀਆਂ ਲਾਸ਼ਾਂ ਹੈ ਉਹ ਮੋਰਚਰੀ 'ਚ ਰਖਾਈਆਂ ਹੋਈਆਂ ਜੀ। ਓਕੇ, ਹਾਂਜੀ। ਤੁਸੀਂ ਵੇਖ ਰਹੇ ਹੋ ਜੀਤ ਵੈਬ ਟੀਵੀ। ਮੈਂ ਨਵਾਂਸ਼ਹਿਰ ਤੋਂ ਜਸਵੀਰ ਸਿੰਘ ਨੂਰਪੁਰ। ਅੱਜ ਪਿੰਡ ਮਲਪੁਰ ਅੜਕਾਂ ਦੇ ਵਿੱਚ 3 ਮੌਤਾਂ ਭੇਦਭਰੀ ਹਾਲਤ ਦੇ ਵਿੱਚ ਹੋ ਗਈਆਂ ਨੇ। ਦੱਸਿਆ ਜਾ ਰਿਹਾ ਕਿ ਸੋਨੀਆ ਅਤੇ ਅਵਤਾਰ ਅਤੇ ਮਨਪ੍ਰੀਤ ਤਿੰਨਾਂ ਦੀਆਂ ਮੌਤਾਂ ਹੋਈਆਂ ਨੇ। ਉਹਨਾਂ ਦੇ ਪਤਾ ਲੱਗਾ ਕਿ ਜ਼ਹਿਰ ਖਾ ਲਈ ਹੈ ਅਤੇ ਉਸ ਸੰਬੰਧੀ ਪੁਲਿਸ ਵੱਲੋਂ ਪੜਤਾਲ ਵੀ ਕੀਤੀ ਜਾ ਰਹੀ ਹੈ ਅਤੇ ਪਿੰਡ ਦੇ ਵਿੱਚ ਬੜਾ ਗਮਹੀਣ ਮਾਹੌਲ ਬਣਿਆ ਹੋਇਆ ਅਤੇ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਥਾਣਾ ਮੁਖੀ ਰਾਜ ਪਰਵਿੰਦਰ ਕੌਰ ਦੇ ਨਾਲ ਅਤੇ ਉਹ ਕੀ ਕਹਿਣਾ ਚਾਹੁੰਦੇ ਨੇ। ਆਓ ਆਪਾਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ, ਇਸ ਤਾਜ਼ਾ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੈ? ਮੈਡਮ, ਜਿਹੜੀਆਂ ਮਲਪੁਰ ਅੜਕਾਂ ਦੇ ਵਿੱਚ 3 ਮੌਤਾਂ ਹੋਈਆਂ ਉਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿੱਦਾਂ ਹੋਈਆਂ ਅਤੇ ਕੀ ਕਾਰਨ? ਇਹ ਜਿਹੜੀਆਂ ਮਲਪੁਰ ਅੜਕਾਂ 'ਚ 3 ਮੌਤਾਂ ਹੋਈਆਂ, ਅਵਤਾਰ ਸਿੰਘ, ਸੋਨੀਆ ਰਾਣੀ ਅਤੇ ਮਨਪ੍ਰੀਤ ਕੌਰ, ਹਾਂਜੀ, ਇਹਨਾਂ ਦੀ ਮੌਤ ਹੋਈ ਹੈ। 3 ਜਣਿਆਂ ਦੀ ਮੌਤ ਹੋ ਗਈ ਪਰ ਇਹਨਾਂ ਦੇ ਅਜੇ ਕੋਈ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਤਫਤੀਸ਼ ਚੱਲ ਰਹੀ ਹੈ। ਇਹਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ? ਜਾਂਚ ਕੀਤੀ ਜਾ ਰਹੀ ਹੈ, ਤਫਤੀਸ਼ ਚੱਲ ਰਹੀ ਹੈ। ਜਿਹੜੀਆਂ ਲਾਸ਼ਾਂ ਹੈ ਉਹ ਮੋਰਚਰੀ 'ਚ ਰਖਾਈਆਂ ਹੋਈਆਂ ਜੀ। ਓਕੇ, ਹਾਂਜੀ। ਤੁਸੀਂ ਵੇਖ ਰਹੇ ਹੋ ਜੀਤ ਵੈਬ ਟੀਵੀ। ਮੈਂ ਨਵਾਂਸ਼ਹਿਰ ਤੋਂ ਜਸਵੀਰ ਸਿੰਘ ਨੂਰਪੁਰ। ਅੱਜ ਪਿੰਡ ਮਲਪੁਰ ਅੜਕਾਂ ਦੇ ਵਿੱਚ 3 ਮੌਤਾਂ ਭੇਦਭਰੀ ਹਾਲਤ ਦੇ ਵਿੱਚ ਹੋ ਗਈਆਂ ਨੇ। ਦੱਸਿਆ ਜਾ ਰਿਹਾ ਕਿ ਸੋਨੀਆ ਅਤੇ ਅਵਤਾਰ ਅਤੇ ਮਨਪ੍ਰੀਤ ਤਿੰਨਾਂ ਦੀਆਂ ਮੌਤਾਂ ਹੋਈਆਂ ਨੇ। ਉਹਨਾਂ ਦੇ ਪਤਾ ਲੱਗਾ ਕਿ ਜ਼ਹਿਰ ਖਾ ਲਈ ਹੈ ਅਤੇ ਉਸ ਸੰਬੰਧੀ ਪੁਲਿਸ ਵੱਲੋਂ ਪੜਤਾਲ ਵੀ ਕੀਤੀ ਜਾ ਰਹੀ ਹੈ ਅਤੇ ਪਿੰਡ ਦੇ ਵਿੱਚ ਬੜਾ ਗਮਹੀਣ ਮਾਹੌਲ ਬਣਿਆ ਹੋਇਆ ਅਤੇ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਥਾਣਾ ਮੁਖੀ ਰਾਜ ਪਰਵਿੰਦਰ ਕੌਰ ਦੇ ਨਾਲ ਅਤੇ ਉਹ ਕੀ ਕਹਿਣਾ ਚਾਹੁੰਦੇ ਨੇ। ਆਓ ਆਪਾਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ, ਇਸ ਤਾਜ਼ਾ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੈ? ਮੈਡਮ, ਜਿਹੜੀਆਂ ਮਲਪੁਰ ਅੜਕਾਂ ਦੇ ਵਿੱਚ 3 ਮੌਤਾਂ ਹੋਈਆਂ ਉਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿੱਦਾਂ ਹੋਈਆਂ ਅਤੇ ਕੀ ਕਾਰਨ? ਇਹ ਜਿਹੜੀਆਂ ਮਲਪੁਰ ਅੜਕਾਂ 'ਚ 3 ਮੌਤਾਂ ਹੋਈਆਂ, ਅਵਤਾਰ ਸਿੰਘ, ਸੋਨੀਆ ਰਾਣੀ ਅਤੇ ਮਨਪ੍ਰੀਤ ਕੌਰ, ਹਾਂਜੀ, ਇਹਨਾਂ ਦੀ ਮੌਤ ਹੋਈ ਹੈ। 3 ਜਣਿਆਂ ਦੀ ਮੌਤ ਹੋ ਗਈ ਪਰ ਇਹਨਾਂ ਦੇ ਅਜੇ ਕੋਈ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਤਫਤੀਸ਼ ਚੱਲ ਰਹੀ ਹੈ। ਇਹਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ? ਜਾਂਚ ਕੀਤੀ ਜਾ ਰਹੀ ਹੈ, ਤਫਤੀਸ਼ ਚੱਲ ਰਹੀ ਹੈ। ਜਿਹੜੀਆਂ ਲਾਸ਼ਾਂ ਉਹ ਮੋਰਚਰੀ 'ਚ ਰਖਾਈਆਂ ਹੋਈਆਂ ਜੀ। ਓਕੇ, ਹਾਂਜੀ।